ਵਿਆਹ ਦੇ 24 ਦਿਨਾਂ ਬਾਅਦ ਹੀ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸਦੇ ਚੱਲਦੇ ਹੁਣ ਕੁੜੀ ਦਾ ਪਰਿਵਾਰ ਇਨਸਾਫ ਲਈ ਸੜਕਾਂ ਤੇ ਉਤਰਿਆ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਤੇ ਹੁਣ ਪੀੜਤ ਪਰਿਵਾਰ ਨੇ ਨੈਸ਼ਨਲ ਹਾਈਵੇ ਤੇ ਧਰਨਾ ਲਗਾਇਆ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਉੱਠੀ ਹੈ। ਇੱਥੋਂ ਤੱਕ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਵੇ, ਉਸ ਤੋਂ ਬਾਅਦ ਹੀ ਉਹ ਆਪਣੀ ਧੀ ਦਾ ਅੰਤਿਮ ਸੰਸਕਾਰ ਕਰਨਗੇ। ਉੱਥੇ ਪੁਲਿਸ ਦਾ ਕਹਿਣਾ ਕਿ ਮੁਲਜ਼ਮ ਪਤੀ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ, ਪਰ ਬਾਕੀ ਮੈਂਬਰ ਅਜੇ ਗ੍ਰਿਫਤ ਤੋਂ ਬਾਹਰ ਨੇ। ਦੱਸਣਾ ਬਣਦਾ ਹੈ ਕਿ ਪਤੀ ਉੱਤੇ ਆਪਣੀ ਹੀ ਪਤਨੀ ਦੇ ਕਤਲ ਦੇ ਇਲਜ਼ਾਮ ਲੱਗੇ ਸਨ, ਜਿਨ੍ਹਾਂ ਦੇ ਵਿਆਹ ਨੂੰ ਅਜੇ ਮਹੀਨਾ ਵੀ ਨਹੀਂ ਹੋਇਆ ਸੀ। ਪਿਛਲੇ ਮਹੀਨੇ ਹੀ ਮਾਪਿਆਂ ਨੇ ਆਪਣੇ ਧੀ ਦੀ ਡੋਲੀ ਨੂੰ ਆਪਣੇ ਘਰ ਤੋਂ ਤੋਰਿਆ ਸੀ, ਪਰ 24 ਦਿਨਾਂ ਦੇ ਅੰਦਰ ਉਸਦੀ ਲਾਸ਼ ਉਹਨਾਂ ਦੇ ਵਿਹੜੇ ਦੇ ਵਿੱਚ ਆ ਗਈ, ਜਿਸਦਾ ਗਲੇ ਦੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਜਾਣਕਾਰੀ ਮੁਤਾਬਿਕ ਕੁੜੀ ਦਾ ਕੈਨੇਡਾ ਦਾ ਵੀਜ਼ਾ ਵੀ ਆਇਆ ਹੋਇਆ ਸੀ। ਇਹ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਰਾਇਣਗੜ੍ਹ ਸੋਹੀਆਂ ਤੋਂ ਸਾਹਮਣੇ ਆਇਆ ਸੀ, ਜਿਸਦੇ ਚੱਲਦੇ ਹੁਣ ਪਰਿਵਾਰ ਇਨਸਾਫ ਲਈ ਸੜਕਾਂ ਤੇ ਉਤਰਿਆ ਹੋਇਆ ਤੇ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਤੇ ਟੱਲੇਵਾਲ ਨਹਿਰ ਦੇ ਪੁਲ ਕੋਲ ਪਰਿਵਾਰ ਨੇ ਧਰਨਾ ਲਗਾਇਆ। ਇਸ ਮੌਕੇ ਪਰਿਵਾਰ ਦਾ ਕਈ ਸੰਗਠਨਾਂ ਨੇ ਸਾਥ ਦਿੱਤਾ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕਾ ਦੇ ਪਤੀ ਹਰਮਨਪ੍ਰੀਤ ਸਿੰਘ, ਸੱਸ, ਸਹੁਰੇ ਤੇ ਇੱਕ ਹੋਰ ਮਹਿਲਾ ਤੇ ਕਤਲ ਦਾ ਕੇਸ ਦਰਜ ਕੀਤਾ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ, ਪਰ ਬਾਕੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਸਹੁਰੇ ਪਰਿਵਾਰ ਵੱਲੋਂ ਕਤਲ ਕੀਤਾ ਗਿਆ, ਉਹ ਕਾਤਲਾਂ ਨੂੰ ਗ੍ਰਿਫਤਾਰ ਕਰਾਉਣ ਦੀ ਖਾਤਰ ਕੱਲ੍ਹ ਵੀ ਧਰਨਾ ਲੱਗਿਆ ਸੀ ਟੱਲੇ ਵਾਲੇ ਥਾਣੇ ਦੇ ਬਾਹਰ ਦੇ ਵਿੱਚ। ਅੱਜ ਜਿਹੜਾ ਵੱਡਾ ਹਾਈਵੇ ਇਹ ਜਾਮ ਕੀਤਾ ਗਾ ਅਤੇ ਜੋ ਪਰਿਵਾਰ ਦੇ ਨਾਲ ਧੱਕਾ ਹੋਇਆ ਜੀ, ਸਾਰੇ 22-24 ਦਿਨ ਹੋਏ ਸੀ ਲੜਕੀ ਦੇ ਵਿਆਹ ਕਰੇ ਨੂੰ। ਆਪਾਂ ਦੇਖਦੇ ਹਾਂ ਵੀ ਜਿਹੜੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਬੱਚੀ ਦਾ ਕਤਲ ਕੀਤਾ ਗਿਆ। ਇਸ ਇਹ ਜਿਹੜੇ ਕਤਲ ਇਹ ਪੰਜਾਬ ਦੇ ਵਿੱਚੋਂ ਰੋਕਣ ਦਾ ਨਾਂ ਨਹੀਂ ਲੈਂਦੇ। ਕਿਉਂ ਨਹੀਂ ਨਾਂ ਲੈਂਦੇ? ਜਿਹੜੇ ਕਾਨੂੰਨ ਆ ਉਹ ਬੜੇ ਢਿੱਲੇ ਤੇ ਲਚਕਦਾਰ ਕਾਨੂੰਨ ਆ। ਇੱਥੇ ਉਹਨਾਂ ਲੋਕਾਂ ਦੇ ਜੇ ਕਾਨੂੰਨੀ ਪੱਖ ਤੋਂ ਕਿਤੇ ਨਾ ਕਿਤੇ ਉਹਨਾਂ ਨੂੰ ਆਸ ਹੁੰਦੀ ਵੀ ਹੋ ਸਕਦਾ ਸੀ ਨਿਕਲ ਚੁੱਕੇ। ਇਸ ਕਰਕੇ ਜਿਹੜੇ ਜਦੋਂ ਫਿਰ ਇਨਸਾਫ ਪਸੰਦ ਜਿਹੜੇ ਲੋਕ ਉਹ ਸੜਕਾਂ 'ਤੇ ਆਉਂਦੇ ਆ ਅਤੇ ਦੇਖ ਲਓ ਜਿਹੜਾ ਪੰਜਾਬ ਦਾ ਇਤਿਹਾਸ, ਜਦੋਂ ਲੋਕ ਸੜਕਾਂ 'ਤੇ ਆਉਂਦੇ ਆ ਤਾਂ ਫਿਰ ਉਹ ਇਨਸਾਫ ਵੀ ਲੈਂਦੇ ਆ। ਇਸ ਕਰਕੇ ਅੱਜ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਇਹ ਇਨਸਾਫ ਲੈਣ ਦੀ ਖਾਤਰ ਉਸ ਬੱਚੀ ਦੇ ਕਾਤਲਾਂ ਦਾ ਅੱਜ ਸੜਕ 'ਤੇ ਆਏ ਆ। ਜਿਹੜੇ ਦੋਸ਼ੀ ਅਜੇ ਵੀ ਬਾਹਰ ਆ ਗ੍ਰਿਫਤਾਰੀ 'ਚੋਂ, ਉਹਨਾਂ ਨੂੰ ਗ੍ਰਿਫਤਾਰ ਕਰਾਉਣ ਦੀ ਖਾਤਰ ਅਤੇ ਆਪਣੇ ਇਹਨੂੰ ਇਨਸਾਫ ਨੂੰ ਲੈਣ ਦੀ ਖਾਤਰ ਇੱਥੇ ਅੱਜ ਟੱਲੇਵਾਲ ਜਿਹੜੇ ਹਾਈਵੇ ਵੱਡਾ ਜਾਮ ਕਰਿਆ ਗਾ, ਇਹ ਤੁਸੀਂ ਆਪਦੇ ਅੱਖੀਂ ਦੇਖ ਸਕਦੇ ਹੋ। ਇਹਦੇ 'ਚ ਪਰਿਵਾਰ ਦੇ ਕਹਿਣ ਅਨੁਸਾਰ ਅਤੇ ਜਾਂ ਜਿਹੜੀਆਂ ਇਲਾਕੇ ਦੀਆਂ ਉੱਥੋਂ ਮਤਲਬ ਪੰਚਾਇਤ ਆ ਉੱਥੋਂ ਦੀ, ਉਹਨਾਂ ਦੇ ਕਹਿਣ ਅਨੁਸਾਰ ਇਹ 4 ਦੋਸ਼ੀ ਆ ਗਏ। ਇੱਕ ਮੁੰਡਾ ਮਤਲਬ ਕੁੜੀ ਦੇ ਘਰਾਂ ਵਾਲਾ, ਇੱਕ ਪਿਤਾ ਉਹਦੀ ਮੁੰਡੇ ਦੀ ਮਾਂ ਅਤੇ ਮੁੰਡੇ ਦਾ ਪਿਓ, ਇੱਕ ਕੋਈ ਲੜਕੀ ਦੱਸੀ ਜਾ ਰਹੀ ਆ ਉਹਦੇ ਤਾਏ ਦੀ ਲੜਕੀ ਮੁੰਡੇ ਦੀ। ਉਹ ਜਿਹੜੀ ਲੜਕੀ ਆ ਉਹ ਅਜੇ ਗ੍ਰਿਫਤਾਰੀ 'ਚੋਂ ਬਾਹਰ ਆ ਅਤੇ ਬਾਕੀ ਤਾਂ ਲਗਭਗ ਮੁੰਡਾ ਤਾਂ ਅਰੈਸਟ ਹੈਗਾ ਹੀ ਆ। ਬਾਕੀ ਕਹਿੰਦੇ ਆ ਵੀ ਅਸੀਂ ਅਰੈਸਟ ਵੀ ਉਹਨਾਂ ਦੀ ਪੈ ਚੁੱਕੀ ਆ, ਪਰ ਉਹਦੇ ਬਾਰੇ ਅਜੇ ਪੂਰੀ ਪੱਕੀ ਜਾਣਕਾਰੀ ਨਹੀਂ ਆਪਣੇ ਕੋਲ।
ਇਹ ਗੱਲਬਾਤ ਲਈ ਪ੍ਰਦਰਸ਼ਨ ਦਾ ਸੱਦਾ ਤਾਂ ਆਇਆ ਗਾ, ਜਿੰਨਾ ਸਮਾਂ ਕੋਈ ਇਹਦਾ ਕੋਈ ਗੱਲਬਾਤ, ਬਾਕੀ ਜਥੇਬੰਦੀਆਂ ਸਾਰੀਆਂ ਗੱਲਬਾਤ ਮੀਟਿੰਗਾਂ ਕਰ ਰਹੀਆਂ, ਪ੍ਰਸ਼ਾਸਨ ਕੋਈ ਕਰਦਾ ਹੁਣ ਤਾਂ ਇਹਦਾ ਜਿਹੜਾ ਜਿੰਨਾ ਚਿਰ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਉਨਾ ਚਿਰ ਜਿਹੜਾ ਧਰਨਾ ਗਾ ਇਹ ਆਈ ਜਾਮ ਰਹੂ। ਇਹ ਮਸਲਾ ਜਿਹੜਾ ਹਾਈਵੇ ਜਾਮ ਕਰਿਆ ਹੈ, 19 ਸਾਲ ਦੀ ਬੇਟੀ ਆ ਪਿੰਡ ਲੱਖਾਂ ਦੀ, ਉਹਨੂੰ 25 ਦਿਨ ਵਿਆਹੀ ਨੂੰ ਹੋਇਆ, ਨਰਾਇਣਗੜ੍ਹ ਸੋਹੀਆਂ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ, ਉੱਥੇ ਵਿਆਹੀ ਸੀ, ਆਈਲੈਟਸ ਕਰਿਆ ਸੀ, ਬੈਂਡ ਆਏ ਹੋਏ ਸੀ, ਵੀਜ਼ਾ ਲੱਗਿਆ ਵਾ ਕੈਨੇਡਾ ਦਾ, ਉਹਨਾਂ ਨੇ ਐਗਰੀਮੈਂਟ ਦੇ ਤਹਿਤ ਹੀ ਵਿਆਹ ਹੋਇਆ ਸੀ, ਅਤੇ 1 ਕਿੱਲਾ ਪੈਲੀ ਦਾ ਵੀ ਉਹਨਾਂ ਦੇ ਪੇਕੇ ਪਰਿਵਾਰ ਤੋਂ ਇਹਨਾਂ ਨੇ ਲੈ ਲਿਆ ਸੀ, ਕਿਉਂਕਿ ਪੈਸੇ ਸਾਰੇ ਪਰਿਵਾਰ ਨੇ ਲਾਉਣੇ ਸੀ। ਪਰ 24-25 ਦਿਨਾਂ 'ਚ ਪਤਾ ਨਹੀਂ ਕੀ ਗੱਲ ਹੋਈ ਆ, ਉਹ ਲੜਕੀ ਦਾ 25 ਦਿਨਾਂ ਬਾਅਦ ਘਰ ਦੇ ਵਿੱਚ ਕਤਲ ਕੀਤਾ ਗਿਆ, ਉਹਦੇ 'ਚ 4 ਬੰਦੇ ਇਨਵਾਲਵ ਆ। ਹੁਣ ਬੰਦੇ ਧਰਨਾ ਇਹ ਲਾਇਆ ਵੀ ਉਹਨੇ 4 ਬੰਦਿਆਂ 'ਤੇ ਪਰਚਾ ਦਰਜ ਕਰਤਾ ਸੀ ਪੁਲਿਸ ਨੇ, ਲੜਕਾ ਜਿਹਨੂੰ ਉਹ ਲੜਕੀ ਪਿਆ ਸੀ, ਉਹਦੀ ਮਾਤਾ, ਉਹਦਾ ਪਿਤਾ, ਉਹਦੀ ਤਾਇਆ ਜੀ ਦੀ ਲੜਕੀ, ਭੈਣ, ਪਰਚਾ ਉਹਨਾਂ 4 'ਤੇ ਦਰਜ ਆ, ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਅਜੇ ਤੱਕ, ਉਹਨਾਂ 3 ਦੀ ਗ੍ਰਿਫਤਾਰੀ ਨਹੀਂ ਕੀਤੀ, 1 ਲੜਕੇ ਦੀ ਗ੍ਰਿਫਤਾਰੀ ਕਰੀ ਆ। ਸੋ ਸਾਡੀ ਮੰਗ ਹੈ ਇਸ 'ਤੇ ਵੀ ਇਹ 3 ਦਿਨ ਹੋ ਗਏ ਸਾਨੂੰ ਪ੍ਰਸ਼ਾਸਨ ਦੇ ਮਗਰ, ਅਸੀਂ ਅਲਟੀਮੇਟਮ ਦਿੰਦੇ ਤੁਰੇ ਹਾਂ, ਅਸੀਂ ਮਜ਼ਬੂਰ ਹੋਵਾਂਗੇ ਜਾਮ ਲਾਉਣ ਲਈ, ਪਰ ਪ੍ਰਸ਼ਾਸਨ ਦੇ ਕੰਮ 'ਤੇ ਜ਼ਰੂਰੀ ਸਰਤੀ ਅੱਜ ਇਹ ਹੈ। ਕੱਲ੍ਹ ਆਥਣੇ ਅਲਟੀਮੇਟਮ ਦੇ ਕੇ ਗਏ ਸੀ ਵੀ ਅਸੀਂ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਦਾ ਹਾਈਵੇ 'ਤੇ ਜਾਮ ਲਾਵਾਂਗੇ, ਅਤੇ ਸਾਡੀ ਮੁੱਖ ਮੰਗ ਇਹੀ ਆ ਜੀ, ਜਿਹੜੇ 3 ਦੋਸ਼ੀ ਆ ਉਹ ਗ੍ਰਿਫਤਾਰ ਕੀਤੇ ਜਾਣ, ਅਤੇ ਉਦੋਂ ਹੋਰ ਕੁਝ ਜ਼ਿਆਦਾ ਮੰਗਾਂ ਨਹੀਂ, ਕੋਈ ਜ਼ਿਆਦਾ ਸਾਡਾ ਹੋਰ ਕੁਛ ਨਹੀਂ ਇਹਦੇ ਜੋੜਿਆ ਵਾ, ਮੁੱਖ ਮੰਗ ਸਾਡੀ। ਕਿੰਨੇ ਅਰੈਸਟ ਕਰ ਲਏ ਪੁਲਿਸ ਦੇ ਅਨੁਸਾਰ ਜੀ, ਕਿੰਨੇ ਰਹਿ ਗਏ ਅੱਜ? ਹੁਣ ਸਾਡੇ ਕੋਲ ਪਤਾ ਲੱਗਿਆ, ਕੱਚੀ ਗੱਲ ਆ, ਕੋਈ ਕਨਫਰਮ ਨਹੀਂ, ਵੀ ਹੁਣ ਦੱਸਿਆ ਗਿਆ ਵੀ 3 ਫੜ ਗਏ, 1 ਲੜਕੀ ਰਹਿ ਗਈ, ਪਰ ਉਹਦੇ ਬਾਰੇ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਆ ਕੇ ਦੱਸੂਗਾ ਵੀ 3 ਫੜ ਲਏ ਆ, ਦੂਜਾ ਜਿਹੜਾ 1 ਲੜਕੀ ਰਹਿੰਦੀ ਉਹ ਕਿਉਂ ਨਹੀਂ ਫੜੀ ਗਈ, ਕਦੋਂ ਫੜੀ ਜਾਊਗੀ, ਉਹਦੇ ਬਾਰੇ ਉਸ ਤੋਂ ਬਾਅਦ ਅਸੀਂ ਵਿਚਾਰ ਕਰਾਂਗੇ ਵੀ ਇਸ ਤੋਂ ਬਾਅਦ ਆਪਾਂ ਨੂੰ ਕੀ ਕਰਨਾ। ਗ੍ਰਿਫਤਾਰੀ ਹੈ ਜੀ, 4 ਦੋਸ਼ੀਆਂ ਦੀ ਗ੍ਰਿਫਤਾਰੀ ਦੇ ਵਿੱਚ 1 ਦੋਸ਼ੀ ਅੱਗੇ ਪਹਿਲੇ ਦਿਨ ਦੇ ਫੜਿਆ ਵਾ, ਜਿਹੜੇ 2 ਦੋਸ਼ੀ ਆ ਸਾਨੂੰ ਦੱਸਣ 'ਚ ਹੀ ਪਤਾ ਲੱਗਿਆ, ਕਿਉਂਕਿ ਐਸ ਐਚ ਓ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਤੜਕੋ, ਉਹਨਾਂ ਨੇ ਕਿਹਾ ਵੀ 2 ਮਾਤਾ ਲੜਕੀ ਦੀ ਅਤੇ ਬਾਪ ਫੜ ਲਿਆ, ਅਤੇ ਮੈਂ ਵੀ ਲੜਕੀ ਹਲੇ, ਉਹ ਕਹਿੰਦੇ ਵੀ ਕੋਈ ਨਾ ਵੀ ਨੇੜੀ ਆ ਕੰਮ, ਉਹਦੇ ਲਈ ਪ੍ਰਸ਼ਾਸਨ ਸਾਨੂੰ ਆ ਕੇ ਕੀ ਦੱਸਦਾ, ਪੁਲਿਸ ਪ੍ਰਸ਼ਾਸਨ ਵੀ ਉਹ ਕਾਹਤੋਂ ਨਹੀਂ ਫੜੀ, ਜਿਹੜੇ ਉਹ ਕਦੋਂ ਫੜੇ ਆ, ਉਹ ਪੱਕੇ ਫੜੇ ਵੀ ਆ ਕਿ ਨਹੀਂ ਫੜੇ, ਉਹਦੇ ਬਾਰੇ ਸਾਨੂੰ ਕੁਛ ਨਹੀਂ। ਇਹ ਜੀ ਪਿੰਡ ਢੱਲੇ ਵਾਲਾ ਨਹਿਰ ਦਾ ਪੋਲਾ, ਅਤੇ ਜਿਹੜੀ ਮੋਗਾ ਬਰਨਾਲਾ ਹਾਈਵੇ ਆ ਉਹਦੇ 'ਤੇ ਹੀ ਪੈਣਾ। ਇਹਦੇ ਵਿੱਚ ਪਿਛਲੀ ਆ ਬੀਤੀ 19 ਤਰੀਕ ਦੀ ਸੁਬਹਾ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ, ਮਦਈ ਮੁਕੱਦਮਾ ਜਿਹੜੇ ਹੈਗੇ ਨੇ ਅਜਮੇਰ ਸਿੰਘ, ਇਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਐਂ ਕਰਕੇ ਮੈਂ ਆਪਣੀ ਬੇਟੀ ਨੂੰ ਕਰੀਬ 20-25 ਦਿਨ ਪਹਿਲਾਂ ਇੱਥੇ ਵਿਆਹ ਕੀਤਾ ਸੀਗਾ, ਅਤੇ ਉਹਦੇ ਹਸਬੈਂਡ ਨੇ ਇਹ ਤਾਂ ਉਹਦਾ ਕਤਲ ਕਰ ਦਿੱਤਾ, ਅਤੇ ਉਹ ਅਸੀਂ ਉਹਦੇ ਤੁਰੰਤ ਮੁਕੱਦਮਾ ਦਰਜ ਕਰਕੇ ਜਿਹੜਾ ਇਹਦਾ ਮੁਕੱਦਮੇ ਦਾ ਮੇਨ ਦੋਸ਼ੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ, ਅਤੇ ਹੁਣ ਅਸੀਂ ਬਾਕੀ ਪਰਿਵਾਰ ਦਾ ਨਾਮ ਵੀ ਇਹਨਾਂ ਨੇ ਪਰਚੇ ਦੇ ਵਿੱਚ ਲਿਖਵਾਇਆ ਹੈਗਾ, ਉਹਨਾਂ ਦੀ ਸਾਰਿਆਂ ਦੀ ਭਾਲ ਚੱਲ ਰਹੀ ਹੈਗੀ, ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਂ ਚੱਲ ਰਹੀ ਹੈ, ਉਹਨਾਂ ਦੀ ਮੰਗ ਹੈਗੀ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ, ਸਾਡੇ ਕੋਲ ਪੁਲਿਸ ਪਾਰਟੀਆਂ ਬਣਾ ਕੇ ਉਹਨਾਂ ਨੂੰ ਭਾਲ ਦੇ ਵਿੱਚ ਜਾਰੀ ਹੈਗੀ ਹੈ ਸਾਡੀ ਭਾਲ, ਅਤੇ ਜਲਦੀ ਉਹਨਾਂ ਦੀ ਭਾਲ ਕਰਕੇ ਅਸੀਂ ਅਰੈਸਟ ਕਰ ਲਵਾਂਗੇ ਉਹਨਾਂ ਨੂੰ। ਕਰਮਜੀਤ ਸਿੰਘ ਨੀਟਾ, ਸਰਪੰਚ ਸਾਬਕਾ ਜੰਗੀਆਂ, ਲੱਖੇ ਤੋਂ ਕੁੜੀ ਵਿਆਹੀ ਵੀ ਸੀ ਨਰਾਇਣਗੜ੍ਹ ਸੋਹੀਏ, 3-4 ਦਿਨ ਪਹਿਲਾਂ ਉਹਨਾਂ ਨੇ ਕਤਲ ਕਰਤਾ ਕੁੜੀ ਦਾ, ਉਹਦਾ ਪੋਸਟਮਾਰਟਮ ਹੋ ਗਿਆ, ਡੈੱਡ ਬੋਡੀ ਮਾਣੂ ਕੇ ਪਈ ਹੈ, ਉਹਨਾਂ ਦੀ ਜਿਹੜੀ ਬੰਦਿਆਂ ਦੀ ਅਰੈਸਟ ਹੈ, ਇਕੱਲੇ ਉਹਦੇ ਹਸਬੈਂਡ ਦੀ ਅਰੈਸਟ ਪਈ ਹੈ, ਦੂਜੇ ਬੰਦਿਆਂ ਦੀ ਕਹਿੰਦਾ ਰਾਤ 2 ਦੀ ਪਈ ਹੈ, ਹਜੇ 1 ਜਣੇ ਦੀ ਅਰੈਸਟ ਰਹਿੰਦੀ ਹੈ, ਉਹਦੇ ਕਰਕੇ ਇੱਥੇ ਧਰਨਾ ਲੱਗਿਆ ਵੀ ਉਹਦੇ ਵੀ ਅਰੈਸਟ ਹੋਣੀ ਚਾਹੀਦੀ ਹੈ। ਅਧਿਕਾਰੀਆਂ ਨਾਲ ਗੱਲ ਹੋਈ ਸੀ ਸ਼ਾਮ ਨੂੰ ਗੱਲ, ਉਹਨਾਂ ਕਹਿੰਦੇ 2 ਜਣੇ ਵੀ ਮਤਲਬ ਮਾਂ ਅਤੇ ਪਿਓ ਅਰੈਸਟ ਕਰ ਲਏ, ਅਤੇ ਜਿਹੜੀ ਗੁੜੀ ਹੈ ਵੀ ਉਹ ਵੀ ਹੋ ਜੂਗੀ ਦਿੱਤਾ ਸੀ ਟਾਈਮ 12 ਵਜੇ ਦਾ, ਉਦੋਂ 12 ਵਜੇ ਤੋਂ ਬਾਅਦ ਫਿਰ ਕਹਿੰਦੇ ਰੋਡ ਜਾਮ ਕਰਨਾ ਪਿਆ। ਅੱਛਾ, ਇਹ ਸੰਸਕਾਰ ਇਸ ਤੋਂ ਬਾਅਦ ਹੀ ਹੋ ਜਾਣਾ? ਹਾਂ, ਜਦੋਂ ਮਤਲਬ ਇਹ ਸਾਰੇ ਅਰੈਸਟ ਹੋ ਜਾਣਗੇ ਉਦੋਂ ਬਾਅਦ ਸੰਸਕਾਰ ਹੋਊਗਾ।